ਹੁਣ ਤੁਹਾਨੂੰ ਮੈਂ 17-18 ਦਿਖਾ ਦਿੰਦਾ। 17-18 ਹੁਣ ਪਰਸੋਂ ਦਾ ਨਿਸਰਨ ਲੱਗਿਆ। ਇੱਕ ਤਾਂ ਬਾਈ ਆਪਣੇ ਇੱਥੇ ਆਹ ਲੱਗਿਆ 2-3 ਕਿੱਲੇ ਵਿੱਘੇ, ਫਿਰ ਉਹੀ ਗੱਲ ਆ ਗਈ। ਇਹ ਹੈਗਾ 15-09, ਇਹ ਆਪਣੇ ਝੋਨੇ ਨਾਲ ਲੱਗਿਆ ਵਾ, ਮੰਨ ਕੇ ਚੱਲੋ ਤੁਸੀਂ 1 ਹਫ਼ਤਾ ਪਹਿਲਾਂ ਦਾ, 7 ਦਿਨ ਪਹਿਲਾਂ ਲੱਗਿਆ ਆਪਣੇ ਝੋਨੇ ਤੋਂ ਆ ਜਾਂਦਾ। ਅਤੇ ਹੁਣ ਤੁਹਾਨੂੰ ਚੱਲ ਕੇ ਆਪਣਾ ਝੋਨਾ ਦਿਖਾਉਣਾ। ਸਤਿ ਸ਼੍ਰੀ ਅਕਾਲ ਬਾਈ ਜੀ, ਦੂਜੀ ਵਾਰੀ ਬੁਲਾਤੀ ਵੈਸੇ ਤੁਹਾਨੂੰ। ਅਤੇ ਆਹ ਆਪਣਾ 1692 ਝੋਨਾ, ਆਪਾਂ ਬਈ ਪਹਿਲੀ ਵਾਰੀ ਲਾਇਆ। ਅਤੇ ਮੈਂ ਤੁਹਾਨੂੰ ਆਪ ਹੀ ਜਿਹੜੀਆਂ ਮੈਨੂੰ ਕਮੀਆਂ ਲੱਗੀਆਂ ਦੱਸ ਦਿੰਦਾ। ਇੱਕ ਤਾਂ ਬੰਦੇ ਨੂੰ ਮਾੜੀ ਲੇਬਰ ਨਾ ਮਿਲੇ, ਕਿਉਂ ਸਾਡੇ ਇੱਥੇ ਨਵਾਂ ਸੀ ਕੰਮ, ਜੋ ਅਗਲਿਆਂ ਦਾ ਜੀ ਕੀਤਾ ਉਹਨਾਂ ਨੇ ਉਹ ਮੰਗਿਆ। 5 ਕਨਾਲਾਂ ਦਾ 3000 ਰੁਪਇਆ ਲੈ ਕੇ ਗਏ ਹੈ, ਅਤੇ ਝੋਨਾ ਦੇਖ ਲਓ ਐਂ ਵਿਰਲਾ ਲਾ ਕੇ ਗਏ। ਆਹਾ, ਇਹ ਤਾਂ ਚਲੋ ਕੋਈ ਮਾਲਕ ਦੀ ਮਿਹਰ ਹੈ ਵੀ ਰਲ ਗਿਆ, ਨਹੀਂ ਸਾਨੂੰ ਤਾਂ ਸੀਗਾ ਹੀ ਨਹੀਂ ਐਡਾ ਵੀ ਇਹ ਐਂ ਹੋਜੂਗਾ। ਅਤੇ ਬਾਕੀ ਮੇਰੇ ਹਿਸਾਬ ਨਾਲ ਤਾਂ ਠੀਕ ਹੀ ਖੜ੍ਹਾ, ਪਰ ਮੈਨੂੰ ਤਾਂ ਬਈ ਪਹਿਲੀ ਵਾਰੀ ਲਾਉਣ ਦੇ ਹਿਸਾਬ ਨਾਲ ਕੋਈ ਐਡੀ ਖਾਸ ਨੌਲੇਜ ਨਹੀਂ ਸੀ। ਆਪਣੇ ਬਾਈ ਸੁਪ੍ਰੀਤ ਨੇ ਸਾਰਾ ਮਤਲਬ ਦਵਾਈ ਦਵੂਈ ਸਪਰੇਅ ਸਪਰੂ ਵਾਲਾ ਸਾਰਾ ਉਹਨੇ ਟੈਨਸ਼ਨ ਲਿੱਤੀ ਸੀ, ਉਹ ਦੱਸ ਦਿੰਦਾ ਸੀ ਆਪਾਂ ਲਿਆ ਕੇ ਅਤੇ ਸਪਰੇਅ ਉਨੀ ਕਰਾ ਦੇਈਦੀ ਸੀ। ਅਤੇ ਯੂਰੀਆ ਅਸੀਂ ਇਹਦੇ 'ਚ ਹਜੇ ਤੱਕ 1 ਗੱਟਾ ਅਸੀਂ ਪਾਈ ਨਹੀਂ ਜੀ। ਹਾਂਜੀ, 45 ਕਿਲੋ ਦਾ ਗੱਟਾ ਹੁੰਦਾ, 35-40 ਕਿਲੋ ਦੇ ਵਿੱਚ ਯੂਰੀਆ ਇਹਦੇ 'ਚ ਪਾਈ ਹੈ। ਅਤੇ ਝੋਨਾ ਲੱਗਿਆ ਇਹ 25 ਜੁਲਾਈ ਦਾ ਮੇਰੇ ਹਿਸਾਬ ਨਾਲ, ਹਾਂ ਜੁਲਾਈ ਤੋਂ ਅਗਸਤ, ਅਗਸਤ ਤੋਂ ਸਪਤੰਬਰ, ਹਾਂ 2 ਮਹੀਨੇ ਹੋ ਗਏ ਪੂਰੇ। ਅੱਜ ਮੈਨੂੰ ਲੱਗਦਾ 26 ਤਰੀਕ ਹੈ, 26 ਸਪਤੰਬਰ ਅੱਜ। ਅਤੇ ਆਹ ਹੈਗਾ ਪੱਤਾ, ਲਪੇਟ ਵੀ ਘੱਟ ਹੀ ਆਈ ਸੀ, ਕੋਈ ਖਾਸ ਨਹੀਂ ਆਈਗੀ। ਬਾਕੀ ਤੁਹਾਨੂੰ ਕੋਈ ਬਈ ਕਮੀ ਇਹਦੇ 'ਚ ਲੱਗਦੀ ਹੈ ਤਾਂ ਤੁਸੀਂ ਦੱਸ ਦਿਓ, ਕਿਉਂਕਿ ਬਈ ਆਪਾਂ ਐਵੇਂ ਕਹਿ ਦਈਏ ਵੀ ਆਪਾਂ ਨੂੰ ਕੋਈ ਬਾਹਲਾ ਗਿਆਨ ਹੋਵੇ ਝੋਨੇ ਬਾਰੇ ਨਹੀਂ ਗਾ। ਬਈ ਪਹਿਲੀ ਵਾਰੀ ਲਾਇਆ, ਮਗਰਲੀ ਵਾਰੀ ਆਪਾਂ ਉਹ ਸਿੱਧੀ ਬਿਜਾਈ ਵਾਲਾ ਕੀਤਾ ਸੀ, ਉਹ ਤਾਂ ਮੱਚ ਹੀ ਗਿਆ ਸੀਗਾ, ਉਹ ਹੋਇਆ ਨਹੀਂ। ਅਤੇ ਐਤਕੀ ਆ ਤੁਹਾਡੇ ਸਾਹਮਣੇ ਆ, ਰੱਬ ਦੀ ਮਿਹਰ ਆ। ਉਹ ਮਾੜੀ ਲੇਬਰ ਵਾਲੀ ਗੱਲ, ਮੇਰੇ ਸਾਲੇ ਪਨੀਰੀ ਪੱਟ ਕੇ ਲਿਆਏ, ਘੱਟ ਪੱਟ ਲਿਆਏ ਇੱਥੇ। ਉਹ ਉੱਧਰ 17-18 ਵੀ ਲਾਇਆ ਵਾ ਆਪਣੇ, ਆ ਵਿੱਚ ਹੀ 17 ਜਿਹੜਾ ਨਹੀਂ ਨਿਸਰਿਆ ਵਾ, ਆਹ ਵਿੱਚ 17-18 ਦੀ ਤੱਕ ਦੀ। ਹੁਣ ਆਹ ਮੰਨ ਲਓ ਤੁਸੀਂ ਆ ਇੰਨਾ ਕੁ ਟਾਕਰਾ ਛੱਡ ਕੇ, ਅਤੇ ਉਹ ਕੁੱਜਾ ਗੱਡਿਆ ਵਾ ਜਿਹੜਾ, ਉੱਥੋਂ ਤਾਂ ਹੀ ਆਪਾਂ 1 ਵੱਢਾਂਗੇ ਇਹਨੂੰ। ਅਤੇ ਉਹ ਪਰਲੇ ਆ ਇੰਨਾ ਕੁ ਥਾਂ 'ਤੇ ਉਹ ਪਰਲਾ ਕਿਆਰਾ ਜਿਹਦੇ 'ਚ ਉਹ ਨਿਸਰਿਆ ਨਹੀਂ ਦਿਖਦਾ ਤੁਹਾਨੂੰ ਵਿਚਾਲੇ ਵਿਚਾਲੇ। ਅਤੇ ਉਹਨਾਂ ਥਾਂ ਆਪਾਂ ਮੰਨ ਲਓ ਉਨੇ ਕੁ ਦੀ ਢੇਰੀ ਅੱਡ ਲਾ ਦਾਂਗੇ, ਸਾਰੇ 'ਚ ਮਿਕਸ ਨਹੀਂ ਕਰਦੇ ਗੇ, ਕਿਉਂਕਿ ਐਂ ਆ ਫਿਰ ਮੇਰੇ ਹਿਸਾਬ ਨਾਲ ਵੀ ਸਾਰੇ ਦਾ ਰੇਟ ਹੀ ਟੁੱਟੂਗਾ ਜੇ ਵਿੱਚ ਮਿਕਸ ਆ ਗਿਆ। ਆ ਜਿਹੜਾ ਪਿਓਰ ਹੈ 1692, ਇਹ ਆਪਾਂ ਅੱਡ ਕੱਢ ਲਾਂਗੇ, ਉਨੇ ਕੁ ਦੀ ਢੇਰੀ ਅੱਡ ਲਾ ਦਾਂਗੇ। ਕੁਛ ਵੀ ਰੇਟ, ਜੋ ਵੀ ਜਾਇਜ਼ ਰੇਟ ਹੋਊਗਾ ਆਪੇ ਲੱਗ ਜੂਗਾ, ਜਿਵੇਂ ਵੀ ਸਿਸਟਮ ਹੈ। ਆਹ ਵੇਖ ਲਓ, ਆਹ ਵਿੱਚ 17-18 ਦੇ ਬੂਝੇ। ਹੁਣ ਤੁਹਾਨੂੰ ਮੈਂ 17-18 ਦਿਖਾ ਦਿੰਦਾ। 17-18 ਹੁਣ ਪਰਸੋਂ ਦਾ ਨਿਸਰਨ ਲੱਗਿਆ, ਆਹਲਾ ਨਹੀਂ ਮਤਲਬ ਜਿਹੜਾ 17-18 ਦਾ ਟੱਕ ਲੱਗਿਆ, ਨਾਲੇ ਇਹ ਪਨੀਰੀ ਜਿਹੜੀ ਆਹ 17-18 ਦੀ ਵਿੱਚ ਲੱਗੀ ਆ ਆਹ ਵਾਲੀ,
ਆਹ ਪਨੀਰੀ ਮੰਨ ਲਓ 3 ਦਿਨ ਖਾਲੇ 'ਚ ਹੀ ਪਈ ਰਹੀ ਸੀਗੀ ਲਿਆਂਦੇ ਬਾਅਦ, ਆ ਐਂਡ 'ਚ ਬਸ ਲਾ ਹੀ ਦਿੱਤੀ ਉਹਨਾਂ ਨੇ ਇੱਥੇ। ਆ ਇੰਨਾ ਕੁ 16-92 ਅਸੀਂ ਆਪ ਲਾਇਆ ਸੀ ਬਾਅਦ 'ਚ ਸਾਡੇ ਬੰਦਿਆਂ ਨੇ ਪਨੀਰੀ ਲਿਆ ਕੇ, ਆ ਇੰਨਾ ਥਾਂ ਫਿਰ ਛੱਡ ਗਏ ਸੀਗੇ। 2 ਵਾਰੀ ਪਨੀਰੀ ਲੈ ਕੇ ਆਏ ਤਾਂ ਵੀ ਥੋੜ੍ਹ ਗਈ, ਸਾਨੂੰ ਤਾਂ ਬਈ ਨੌਲੇਜ ਨਹੀਂ ਸੀ ਵੀ ਕਿੰਨੀ ਪਨੀਰੀ ਨਾਲ ਕਿੰਨਾ ਥਾਂ ਲੱਗਦਾ ਕੀ ਨਹੀਂ। ਅਤੇ ਹਜੇ ਨਾਲੇ ਵਿਰਲਾ ਲੱਗਿਆ ਬਹੁਤ ਜ਼ਿਆਦਾ ਗਾਂਹ ਨੂੰ, ਜਿਹੜੀ ਬਈਆਂ ਦੀ ਲੇਬਰ ਹੁੰਦੀ ਹੈ ਉਹ ਲਿਆਵਾਂਗੇ, ਭਲਾ 500 ਰੁਪਇਆ ਹੋਰ ਵੱਧ ਲੱਗ ਜੇ ਵੀ 4-5 ਇੰਚ ਤਾਂ ਝੋਨਾ ਲਾਉਣ। ਆਹ ਵੇਖੋ ਬਈ ਇੰਨਾ ਇੰਨਾ ਵਿਰਲਾ ਝੋਨਾ, ਮੇਰੇ ਹਿਸਾਬ ਨਾਲ ਵੀ ਝਾੜ ਦਾ ਫਰਕ ਤਾਂ ਪਊਗਾ ਹੀ, ਬਾਕੀ ਤੁਸੀਂ ਸਾਰੇ ਦੱਸ ਦਿਓ ਵੀ ਜਿਹੜੇ ਲਾਉਣੇ ਆ ਝੋਨਾ ਜਿਹਨਾਂ ਨੂੰ ਪੂਰੀ ਨੌਲੇਜ ਆ। ਆਪਾਂ ਨੂੰ ਇੰਨੀ ਹਜੇ ਖਾਸ ਨੌਲੇਜ ਹੈ ਨਹੀਂ ਗੀ, ਦਵਾਈ ਦਵੂਈ ਬੂਟੀ ਦੀ ਮਾੜੀ ਮੋਟੀ ਆ ਗਈ, ਪਰ ਜਿਹਨਾਂ ਨੂੰ ਬਈ 20-20 ਸਾਲ 50-50 ਸਾਲ ਹੋ ਗਏ ਤੁਹਾਨੂੰ ਹੁਣ ਲਾਉਂਦਿਆਂ ਨੂੰ, ਉਹਨਾਂ ਨੂੰ ਤਾਂ ਦੇਖੋ ਨੌਲੇਜ ਮੇਰੇ ਨਾਲੋਂ ਵੱਧ ਹੀ ਹੋਊਗੀ। ਅਸੀਂ ਤਾਂ ਪਹਿਲੀ ਵਾਰੀ ਝੋਨਾ ਲਾਇਆ।